ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ आवर YouTube ਚੈਨਲ Let's Play 2 ਪਲੀਜ਼ ਜਲਦੀ ਜਲਦੀ ਸਬਸਕ੍ਰਾਈਬ ਕਰ ਦਿਓ ਜਿਨ੍ਹਾਂ ਨੇ ਹਜੇ ਸਬਸਕ੍ਰਾਈਬ ਨਹੀਂ ਕੀਤਾ ਵੀਡੀਓ ਲਾਈਕ ਕਰ ਦਿਆ ਕਰੋ ਤੇ ਕਮੈਂਟ ਕਰ ਦਿਆ ਕਰੋ ਅਗਰ ਤੁਹਾਨੂੰ ਵਧੀਆ ਲੱਗਦੀਆਂ ਆ ਤੇ ਮੈਂ ਤੁਹਾਨੂੰ ਇਹ ਗੱਲ ਹੋਰ ਕਹਿਣੀ ਸੀ ਕਿ ਇਥੇ ਪਤੰਤੇ ਤੋਂ ਇਲਾਵਾ ਤੁਹਾਨੂੰ ਹੋਰ ਵੀ ਇਨਫੋਰਮੇਸ਼ਨ ਵਾਲੀ ਵੀਡੀਓ ਦੇਖਣ ਨੂੰ ਮਿਲ ਜਿਆ ਕਰਨਗੇ ਅਗਰ ਤੁਹਾਨੂੰ ਕਿਸੇ ਵੀ ਚੀਜ਼ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਆ ਤੁਸੀਂ ਕੁਝ ਪੁੱਛਣਾ ਚਾਹੁੰਦੇ ਤਾਂ ਤੁਸੀਂ ਉਹ ਵੀ ਕਮੈਂਟ ਕਰ ਸਕਦੇ ਹੋ ਵੀ ਵੀਡੀਓ ਅਪਲੋਡ ਹੋ ਜਿਆ ਕਰਨਗੇ ਠੀਕ ਆ ਪਤੰਤੇ B ਤੋਂ ਇਲਾਵਾ ਇਥੇ ਹੋਰ ਵੀ ਵੀਡੀਓ ਦੀ ਇਨਫੋਰਮੇਸ਼ਨ ਤੁਹਾਨੂੰ ਮਿਲ ਜਿਆ ਕਰੇਗੀ ਅਸੀਂ ਤੁਹਾਨੂੰ ਉਹ ਵੀ ਦੇ ਦਿਆ ਕਰਾਂਗੇ ਬਿਲਕੁਲ ਸਹੀ ਇਨਫੋਰਮੇਸ਼ਨ ਹੋਇਆ ਕਰੇਗੀ ਠੀਕ ਆ ਅਗਰ ਕਿਸੇ ਚੀਜ਼ ਦੇ ਰਿਕਾਰਡਿੰਗ ਤੁਸੀਂ ਕੋਈ ਮੈਸੇਜ ਕਰਨਾ ਚਾਹਣੇ ਤੁਹਾਨੂੰ ਨਹੀਂ ਕੁਝ ਪਤਾ ਲੱਗ ਰਿਹਾ ਤੁਸੀਂ ਉਹ ਵੀ ਕਮੈਂਟ ਕਰ ਸਕਦੇ ਆ ਠੀਕ ਆ ਤੇ ਉਹ ਵੀ ਤੁਹਾਨੂੰ ਇਥੇ ਇਨਫੋਰਮੇਸ਼ਨ ਮਿਲਿਆ ਕਰੇਗੀ ਤੇ ਚਲੋ ਹੁਣ ਅੱਜ ਆਪਾਂ ਕਰ ਰਹੇ ਆ ਸਟਾਰਟ ਚੈਪਟਰ ਇਹ 6th ਚੈਪਟਰ ਆ ਇਹ 6th ਚੈਪਟਰ ਦੇ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਟ੍ਰਿਕ ਦੱਸੂਗੀ ਪਹਿਲਾਂ ਤੁਹਾਨੂੰ ਮੈਂ ਥੋੜੀ ਫੋਟੋ ਜੋ ਦਿੱਤੀ ਹੋਈ ਇਹ ਸਮਝਾ ਦਾਨੀ ਆ ਬਾਅਦ ਵਿੱਚ ਆਪਾਂ ਇਹਦੇ ਟ੍ਰਿਕ ਦੇਖਦੇ ਆ ਹੁਣ ਹਾਂਜੀ ਤੁਸੀਂ ਇਹ ਪਹਿਲੀ ਪਿਕਚਰ ਦੇਖੋ ਫੋਟੋ ਦੇਖੋ ਦੋ ਗੱਡੀਆਂ ਬਣੀਆਂ ਹੋਈਆਂ ਤੇ ਪੀਲੇ ਕਲਰ ਦੀਆਂ ਲਾਈਨਾਂ ਬਣੀਆਂ ਹੋਈਆਂ ਠੀਕ ਆ ਇਦੇ ਵਿੱਚ ਤੁਸੀਂ ਦੇਖਣਾ ਕਿ ਇਹ ਉਹ ਜਗ੍ਹਾ ਆ ਜਿੱਥੇ ਪਰਸੋਨੇ ਇਨਵਾਲੀ ਦੇ ਅਪਾਹੀ ਲੋਕ ਜਿਹੜੇ ਆਪਣੀ ਗੱਡੀ ਖੜੀ ਕਰ ਸਕਦੇ ਉਹਨਾਂ ਦੀ ਇਹ ਪਰਕੇਜੋ ਵਾਲੀ ਜਗ੍ਹਾ ਆ ਇੱਥੇ ਸਿਰਫ ਉਹੀ ਲੋਕ ਗੱਡੀਆਂ ਖੜੀਆਂ ਕਰ ਸਕਦੇ ਆ ਹੋਰ ਕੋਈ ਵੀ ਨਹੀਂ ਗੱਡੀ ਕੋਈ ਖੜੀ ਕਰ ਸਕਦਾ ਇਹਹੀ ਜਿਹੜੀ ਆ ਇਹਹੀ ਜਿਹੜੀ ਜਗ੍ਹਾ ਬਣੀ ਹੋਈ ਆ ਇਹ ਹੈਗੀ ਪਰਸੋਨੇ ਇਨਵਾਲੀ ਦੇ ਜਿਹੜੇ ਪਰਸੋਨੇ ਇਨਵਾਲੀ ਦੇ ਹੁੰਦੇ ਜਿਹੜੇ ਅਪਾਹਿੱਜ ਲੋਕ ਹੁੰਦੇ ਆ ਠੀਕ ਹੈ ਇਹ ਉਹਨਾਂ ਦੀ ਪਰਕੇਜੋ ਬਣੀ ਹੋਈ ਆ ਹੁਣ ਪਹਿਲੇ ਪਿਕ ਵਿੱਚ ਮੈਂ ਤੁਹਾਨੂੰ ਦੱਸਣ ਲੱਗੀ ਜਿੱਥੇ ਆ ਜਵੇ ਪਰਸੋਨੇ ਇਨਵਾਲੀ ਦੇ ਉਹਨੂੰ ਤੁਸੀਂ ਵੀਰੋ ਕਰਨਾ ਬਾਕੀ ਦੋਨੇ ਫਾਲਸੋ ਆ ਹੁਣ ਪਹਿਲੇ ਦਮਾਂਦੇ 'ਚ ਪਰਸੋਨੇ ਇਨਵਾਲੀ ਦੇ ਲਿਖਿਆ ਵੀਰੋ ਦੂਸਰੇ ਦਮਾਂਦੇ 'ਚ ਵੀ ਲਿਖਿਆ ਪਰਸੋਨੇ ਇਨਵਾਲੀ ਦੇ ਤਾਂ ਵੀਰੋ ਤੀਸਰੇ ਚੌਥੇ ਵਿੱਚ ਨਹੀਂ ਲਿਖਿਆ ਤੇ ਫਾਲਸੋ ਠੀਕ ਆ ਪਰਸੋਨੇ ਇਨਵਾਲੀ ਦੇ ਦੇਖ ਕੇ ਤੁਸੀਂ ਇਹਨੂੰ ਵੀਰੋ ਕਰ ਦੇਣਾ ਤੇ ਚਲੋ ਹੁਣ ਆਪਾਂ ਜਿਹੜੀ ਦੂਸਰੀ ਤੁਹਾਨੂੰ ਪਿਕਚਰ ਦਿੱਤੀ ਹੋਈ ਆ ਇਹ ਵੀ 6 ਚੈਪਟਰ ਦੀ ਆ ਤੇ ਇਹ ਤੁਹਾਨੂੰ ਮੈਂ ਪਹਿਲਾਂ ਪਿਕਚਰ ਸਮਝਾ ਦਾਨੀ ਆ ਇੱਥੇ ਲਿਖਿਆ ਹੋਇਆ 50 ਠੀਕ ਆ ਇਹਦਾ ਮਤਲਬ ਕਿ ਸਾਨੂੰ ਵਿਲੋਚਿਤਾ ਦੱਸੀ ਹੋਈ ਆ ਮਤਲਬ ਸਪੀਡ ਦੱਸੀ ਹੋਈ ਆ ਕੌਨਸੀ ਲਿਆਤਾ ਇੱਥੇ ਸਾਨੂੰ ਸਿਰਫ ਸਲਾਹ ਦਿੱਤੀ ਹੋਈ ਆ ਇਹ ਜਿਹੜੀ ਵਿਲੋਚਿਤਾ ਹੈ ਕੌਨਸੀ ਲਿਆਤਾ ਇਹ ਸਾਨੂੰ ਸਲਾਹ ਦਿੱਤੀ ਹੋਈ ਹੈ ਕਿ ਤੁਸੀਂ 50 ਤੇ ਤੁਰੋ ਸਾਨੂੰ ਸਾਡੇ ਉੱਤੇ ਕੋਈ ਪਾਬੰਦੀ ਨਹੀਂ ਲੱਗੇਗੀ ਅਸੀਂ 50 ਦੀ ਸਪੀਡ ਤੇ ਜਾਣਾ ਸੀ ਬਾਧ ਵੀ ਸਕਦੇ ਹਾਂ ਤੇ ਘੱਟ ਵੀ ਸਕਦੇ ਹਾਂ ਔਰ ਇਹ ਜਿਹੜੀ ਸਪੀਡ ਬਣੀ ਹੋਈ ਹੈ ਇਹ ਹੈਗੀ ਵਿਲੋਚਿਤਾ ਕੌਨਸੀ ਲਿਆਤਾ ਠੀਕ ਹੈ ਸਿਰਫ ਵਿਲੋਚਿਤਾ ਕੌਨਸੀ ਲਿਆਤਾ ਦੇਖ ਕੇ ਤੁਸੀਂ ਇਹਨੂੰ ਵੇਰੋ ਕਰ ਦੇਣਾ ਠੀਕ ਹੈ ਇਹਦਾ ਸਿਰਫ ਇੱਕ ਹੀ ਦਮੰਦ ਆ ਔਰ ਉਹ ਵੀ ਸਿਰਫ ਇਹੀ ਵੇਰੋ ਆ ਜਿੱਥੇ ਆਊਗਾ ਵਿਲੋਚਿਤਾ ਕੌਨਸੀ ਲਿਆਤਾ ਵਿਲੋਚਿਤਾ ਸਪੀਡ ਕੌਂਸੀ ਲਿਆਤਾ ਸਲਾਹ ਦਿੱਤੀ ਹੋਈ ਆ ਤੁਹਾਨੂੰ ਇੱਥੇ ਸਪੀਡ ਦੀ ਬਾਕੀ ਦੂਸਰਾ ਜਿਹੜਾ ਦਮੰਦਾ ਆ ਉਹ ਹੈਗਾ ਫਾਲਸੋ ਠੀਕ ਆ ਵਿਲੋਚਿਤਾ ਕੌਂਸੀ ਲਿਆਤਾ ਮੀਰੋ ਕਰ ਦਿਓ ਠੀਕ ਆ ਇਹ ਦੋਨੇ ਮੈਂ ਤੁਹਾਨੂੰ ਦੱਸਦੇ ਹੋਂ ਜਿਹੜੇ ਟ੍ਰਿਕਸ ਦੱਸਦੇ ਨਾਲ ਪਿਕਚਰਾਂ ਵੀ ਤੁਹਾਨੂੰ ਸਮਝਾਤੀਆਂ ਕਿ ਉਹ ਕੀ ਕਹਿ ਰਿਹਾ ਤੇ ਆਈ ਹੋਪ ਤੁਹਾਨੂੰ ਸਮਝ ਆ ਗਈ ਹੋਏਗੀ ਵੀਡੀਓ ਵਧੀਆ ਲੱਗੀ ਲੱਗੀ ਹੋਏਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਜਲਦੀ ਜਲਦੀ ਮਤਲਬ 1000 ਤੱਕ ਪਹੁੰਚ ਜਾਓ ਅਜੇ ਮੇਰੇ ਸਾਹਮਣੇ 500 ਤੱਕ ਨਹੀਂ ਹੋਏ ਹੌਲੀ ਹੌਲੀ ਹੋ ਰਿਹਾ ਕੋਈ ਨਾ ਹੌਲੀ ਹੌਲੀ ਵਧਣਗੇ ਤਾਂ ਪਲੀਜ਼ ਚੈਨਲ ਨੂੰ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਤੇ ਐਦੀ ਆਪਾਂ ਅੱਗੇ ਹੋਰ ਵਧੀਆ-ਵਧੀਆ ਲੈ ਕੇ ਆਵਾਂਗੇ ਟ੍ਰਿਕ ਤੇ ਆਪਾਂ ਹੁਣ ਸਟਾਰਟ ਤਾਂ ਕਰ ਹੀ ਰਹੇ ਆ ਹਨਾ ਨੈਕਸਟ ਮੰਥ ਤੋਂ ਆਪਾਂ ਤਾਂ ਤੇ ਵੀ ਦੀ ਪੂਰੀ ਤਿਆਰੀ ਤੇ ਚਲੋ ਠੀਕ ਆ ਹੁਣ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਨੈਕਸਟ ਹੁਣ ਥੋੜੀਆਂ ਵੀਡੀਓ ਹੋਰ ਅਪਲੋਡ ਹੋਣਗੇ ਅੱਜ ਤੇ ਦੇਖ ਲਿਓ ਜਰੂਰ ਵੀਡੀਓਜ਼ ਦੇਖ ਲਿਓ ਤੇ ਪਲੀਜ਼ ਸਬਸਕ੍ਰਾਈਬ ਕਰ ਦਿਓ ਪਲੀਜ਼ ਚੈਨਲ ਨੂੰ ਸਪੋਰਟ ਕਰੋ ਤੁਹਾਡੇ ਸਪੋਰਟ ਦੀ ਲੋੜ ਹੈ ਸਾਰਿਆਂ ਦੀ ਤੇ ਚਲੋ ਠੀਕ ਆ ਹੁਣ ਸਤਿ ਸ੍ਰੀ ਅਕਾਲ ਸਾਰਿਆਂ ਨੂੰ